ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬਸੀ ਨੇ ਜੋੜਾ ਫਾਟਕ ਪੁਲ ਤੇ ਅੰਡਰਪਾਸ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ। ਇਸ ਅੰਡਰਪਾਸ ਦੀ ਉਸਾਰੀ ਤੇ 25,44,00,000 ਰੁਪਏ ਖਰਚ ਹੋਣਗੇ। ਇਹ ਅੰਡਰਪਾਸ 6 ਮਹੀਨੇ ਵਿੱਚ ਬਣ ਕੇ ਤਿਆਰ ਹੋਵੇਗਾ। ਇਸ ਅੰਡਰਪਾਸ ਦੇ ਬਣ ਜਾਣ ਕਾਰਨ ਫਾਟਕ ਬੰਦ ਹੋਣ ਕਾਰਨ ਪੇਸ਼ ਮੁਸ਼ਕਲਾਂ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਜਤਿੰਦਰ ਸੋਨੀਆ, SE ਪ੍ਰਦੀਪ ਜਸਵਾਲ, ਪਾਰਸ਼ਦ ਰਾਜਵਿੰਦਰ ਸਿੰਘ, ਪਾਰਸ਼ਦ ਰਜਿੰਦਰ ਸੈਣੀ, ਪਾਰਸ਼ਦ ਅਜੀਤ ਸਿੰਘ ਪਾਟੀਆ, ਪਾਰਸ਼ਦ ਮੋਤੀ ਪਾਟੀਆ, ਪਾਰਸ਼ਦ ਰਾਜੇਸ਼ ਮਦਾਨ ਸਮੇਤ ਕਈ ਲੋਕ ਇਸ ਮੌਕੇ ਮੌਜੂਦ ਸਨ। ਜਿਹੜਾ ਅੰਡਰਪਾਸ ਬਣ ਰਿਹਾ ਆ ਜੌੜਾ ਫਾਟਕ ਦੇ ਵਿਖੇ, ਇਹ ਅੰਡਰਪਾਸ ਬਹੁਤ ਵੱਡੀ ਡਿਮਾਂਡ ਸੀ। ਸਭ ਤੋਂ ਵੱਡੀ ਗੱਲ, ਦੁੱਖਦਾਈ ਘਟਨਾ ਜਿਹੜੀ ਵਾਪਰੀ ਸਾਡੇ ਇੱਥੇ ਦੁਸ਼ਹਿਰੇ 'ਤੇ, ਜਿੱਥੇ ਸਾਡੀਆਂ ਬਹੁਤ ਜੀ ਚਲੇ ਗਏ, ਉਹਨਾਂ ਨੂੰ ਸਮਰਪਿਤ। ਔਰ ਇਸ ਇਲਾਕੇ ਦੀ ਜਿੱਥੇ 1.5-2 ਲੱਖ ਦੇ ਕਰੀਬ ਆਬਾਦੀ ਹੈ ਇਸ ਫਾਟਕ ਤੋਂ ਪਾਰ ਜੌੜੇ ਫਾਟਕ, ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਮੇਂ 'ਤੇ ਹਰ ਕਿਸੇ ਨੇ ਕੋਸ਼ਿਸ਼ ਕੀਤੀ, ਪਰ ਤੁਹਾਡੇ ਦਾਸ ਵੱਲੋਂ ਕੇਂਦਰ ਦੇ ਵਿੱਚੋਂ ਇਹਨੂੰ ਪਾਸ ਕਰਾ ਕੇ ਲਿਆਂਦਾ ਗਿਆ। ਔਰ ਜਿਹੜੇ ਪੈਸੇ ਹੈ ਉਹ ਇੰਪਰੂਵਮੈਂਟ ਟਰੱਸਟ ਤੋਂ ਸ਼੍ਰੀ ਦਰੇਸ਼ ਬੱਚੀ, ਮੇਰਾ ਛੋਟਾ ਵੀਰ ਹੈ, ਉਹਨੇ ਬਹੁਤ, ਕਿਉਂਕਿ ਉਹ ਬਹੁਤ ਤਤਪਰ ਰਹਿੰਦਾ, ਕਿਉਂਕਿ ਉਹ ਵਿਕਾਸ ਦੇ ਕੰਮਾਂ ਵਾਸਤੇ ਆਪ ਪ੍ਰਧਾਨ ਵੀ ਰਿਹਾ ਜਿਹਦੇ ਦਾ, ਉਹਨੂੰ ਪਤਾ ਵੀ ਹੈ ਇਹਨਾਂ ਸਾਰੀਆਂ ਦੁੱਖ ਦਰਦ ਦਾ। ਉਹਨੇ ਇਹਦੇ ਵਾਸਤੇ 25.5 ਕਰੋੜ ਰੁਪਈਆ, ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ, ਬ੍ਰਹਮ ਮਹਿੰਦਰਾ ਜੀ ਦਾ ਧੰਨਵਾਦ, ਜਿਨ੍ਹਾਂ ਨੇ ਅਪਰੂਵਲ ਦਿੱਤੀ ਇੰਨੇ ਪੈਸਿਆਂ ਦੀ, ਔਰ ਅੱਜ ਇਹਦਾ ਕੰਮ ਸ਼ੁਰੂ ਹੋਏਗਾ। ਅੱਜ ਜਿਹੜਾ ਇਸ ਇਲਾਕੇ ਦੀ ਲੋੜ ਸੀ, ਅੱਜ 25.44 ਕਰੋੜ ਰੁਪਏ ਦੇ ਨਾਲ ਅਸੀਂ ਰੇਲਵੇ ਨੂੰ ਇਹਦੀ ਪੇਮੈਂਟ ਕੀਤੀ ਆ, ਔਰ 6 ਮਹੀਨੇ ਦਾ ਉਹਨਾਂ ਨੇ ਟਾਈਮ ਲਿੱਤਾ, 6 ਮਹੀਨਿਆਂ ਦੇ ਵਿੱਚ ਅੰਡਰਪਾਸ ਤਿਆਰ ਹੋ ਜਾਏਗਾ ਔਰ ਇਸ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਅੱਜ ਤੋਂ ਇਹ ਕੰਮ ਸ਼ੁਰੂ ਹੋਣ ਜਾ ਰਿਹਾ। ਇਹ ਜਿਹੜੇ ਇੱਥੇ ਵਿਚਾਰੇ ਲੋਕ ਮਰ ਗਏ ਸੀ, ਅਸੀਂ ਤਾਂ ਉਹਨਾਂ ਨੂੰ ਸਮਰਪਿਤ ਕਰਦੇ ਹਾਂ, ਅਸੀਂ ਉਹਨਾਂ ਨੂੰ ਲਿਆ ਨਹੀਂ ਸਕਦੇ, ਔਰ ਧੰਨਵਾਦ ਕਰਦੇ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਉਹਨਾਂ ਨੂੰ ਕੱਲ੍ਹ 34 ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ, ਪਰ ਅੱਜ ਉਹਨਾਂ ਨੂੰ ਇਸ ਰਸਤੇ ਦਾ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ, ਔਰ ਉਸ ਪਰਿਵਾਰ ਨੂੰ ਅਸੀਂ ਅੱਜ ਸਮਰਪਿਤ ਕਰ ਰਹੇ ਹਾਂ। ਸਾਡੇ ਅੰਮ੍ਰਿਤਸਰ ਦੇ ਮਾਨਯੋਗ MP ਸ਼੍ਰੀ ਗੁਰਜੀਤ ਔਜਲਾ ਜੀ ਔਰ ਮੇਰੇ ਵੱਡੇ ਵੀਰ ਦਿਨੇਸ਼ ਬਸੀ, ਜਿਹੜੇ ਬਤੌਰ ਇੰਪਰੂਵਮੈਂਟ ਟਰੱਸਟ ਚੇਅਰਮੈਨ ਇਸ ਵੇਲੇ ਕੰਮ ਕਰ ਰਹੇ ਨੇ, ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਇਹ ਜਿਹੜਾ 25 ਕਰੋੜ ਰੁਪਏ ਦੀ ਲਾਗਤ ਦੇ ਨਾਲ ਰੇਲਵੇ ਅੰਡਰਪਾਸ ਜਿਹੜਾ ਬਣਨ ਜਾ ਰਿਹਾ, ਉਸ ਦੀ ਸ਼ੁਰੂਆਤ ਅੱਜ ਕੀਤੀ ਹੈ।